ਪੰਜਾਬ ਦੇ ਹਿੱਸੇ ਇੱਕ ਹੋਰ ਵੱਡਾ ਮਾਣ ਆਇਆ। ਇੱਕ ਐਸੇ ਸ਼ਖਸ ਨੂੰ ਨੋਮੀਨੇਟ ਕੀਤਾ ਗਿਆ ਸਿੱਖਿਆ ਦੇ ਖੇਤਰ 'ਚ ਵੱਡੀਆਂ ਪਲਾਂਘਾਂ ਪੁੱਟੀਆਂ। ਮੈਂ ਆਪਣੇ ਪਿਤਾ ਜੀ ਦੇ ਨਾਲ ਘਰ ਦਾ ਖੇਤੀ ਦਾ ਕੰਮ ਕਰਦਾ ਸੀ। ਕਿਸਾਨ ਦੇ ਕੋਲ ਇੱਕ ਹੀ ਵਸੀਲਾ ਹੁੰਦਾ ਹੈ ਆਮਦਨ ਦਾ, ਖੇਤੀ ਦੇ ਨਾਲ ਦੁੱਧ ਵੇਚਣ ਦਾ ਸੀਗਾ। ਇੱਕ ਯੂਨੀਵਰਸਿਟੀ ਸਥਾਪਿਤ ਕਰਨਾ ਇੱਕ ਕਿਸਾਨ ਦੇ ਪੁੱਤ ਲਈ, ਇਹ ਰਸਤਾ ਕਿਵੇਂ ਸੀ? ਜ਼ਿੰਦਗੀ ਦੇ ਸੰਘਰਸ਼ ਦੇ ਵਿੱਚੋਂ ਬਹੁਤ ਸਾਰੀਆਂ ਚੀਜ਼ਾਂ ਸਿੱਖੀਆਂ। ਮੈਂ ਦੁਨੀਆਦਾਰੀ ਸਿੱਖੀ, ਸਮਾਜ ਦੇ ਬਾਰੇ ਸਿੱਖਿਆ, ਸਮਾਜ ਸੇਵਾ ਦਾ ਜਜ਼ਬਾ ਸਿੱਖਿਆ। ਦੇਸ਼ ਭਰ ਦੇ ਵਿੱਚੋਂ ਰਾਸ਼ਟਰਪਤੀ ਜਿਹੜੇ 12 ਨਾਵਾਂ ਨੂੰ ਚੁਣਦਾ, ਇਸ ਰਸਤੇ ਰਾਜ ਸਭਾ ਦੇ ਵਿੱਚ ਜਾਣਾ। ਸਾਡੇ ਦੇਸ਼ ਦੇ ਬਹੁਤ ਹੀ ਸਨਮਾਨਯੋਗ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਜੀ ਦਾ ਉਪਾਸ਼ ਕਰੇ ਹਾਂ। ਜਿਹੜੀ ਗੁਰਤੀ ਬਾਪੂ ਜੀ ਕੋਲੋਂ ਮਿਲੀ ਸੀ, ਮੈਨੂੰ ਇੱਕ ਹੋਰ ਬਾਪੂ ਜੀ ਮਿਲੇ ਸ੍ਰੀ ਨਰਿੰਦਰ ਮੋਦੀ ਜੀ ਦੇ ਰੂਪ ਦੇ ਵਿੱਚ। ਭਾਰਤ ਨੂੰ ਵਿਕਸਿਤ ਭਾਰਤ ਬਣਾਉਣ ਦਾ ਜਿਹੜਾ ਸੁਪਨਾ ਹੈ ਨਾ ਜੀ, ਮੈਨੂੰ ਲੱਗਦਾ ਕਿ ਉਸਦਾ ਮੈਂ ਇੱਕ ਸਿਪਾਹੀ ਹਾਂ ਛੋਟਾ ਜਿਹਾ। ਦੇਸ਼ ਦੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਜੀ ਇੱਕ ਦੁਨੀਆ ਦੇ ਵਾਹਿਦ ਲੀਡਰ ਹੈ ਜਿਹੜੇ ਕਿ ਨਿਮਾਣੇ ਘਰਾਂ ਦੇ ਲੋਕਾਂ ਨੂੰ ਵੀ ਮਾਣ ਬਖਸ਼ਦੇ ਆ। ਸਤਨਾਮ ਸਿੰਘ ਸੰਧੂ ਸਿਆਸਤ ਦਾ ਖਿਡਾਰੀ ਬਣੇਗਾ ਜਾਂ ਫਿਰ ਸਿੱਖਿਆ ਵਾਲਾ ਜਿਹੜਾ ਏਜੰਡਾ ਲੈ ਕੇ ਚੱਲੇ ਸੀ ਉਸੇ ਪਾਸੇ ਕੰਮ ਕੀਤਾ ਜਾਣਾ? ਕਿ ਮੈਂ ਫੋਲੋਅਰ, ਮੈਂ ਬੜਾ ਸਪਸ਼ਟ ਹਾਂ ਕਿ ਮੈਂ ਸ੍ਰੀ ਨਰਿੰਦਰ ਮੋਦੀ ਜੀ ਦੀ ਵਿਚਾਰਧਾਰਾ ਦਾ ਫੋਲੋਅਰ ਹਾਂ। ਕੀ ਸਿੱਖਾਂ ਦੇ ਨਾਲ ਨਾਲ ਉਹਨਾਂ ਕਿਸਾਨਾਂ ਦੀ ਵੀ ਗੱਲ ਹੋਏਗੀ? ਕਿਸਾਨੀ ਜਿਹੜਾ ਹੈਗਾ ਉਹ ਜਨਮਜਾਤ ਮੇਰਾ ਇੱਕ ਕਿੱਤਾ ਹੈਗਾ ਔਰ ਸਿੱਖਿਆ ਜਿਹੜਾ ਮੈਂ ਕਿੱਤਾ ਅਖਤਿਆਰ ਕੀਤਾ ਹੈਗਾ। ਪੰਜਾਬ ਦੇ ਹਿੱਸੇ ਇੱਕ ਹੋਰ ਵੱਡਾ ਮਾਣ ਆਇਆ। ਪੰਜਾਬ ਤੋਂ ਰਾਜ ਸਭਾ ਦੇ ਲਈ ਰਾਸ਼ਟਰਪਤੀ ਦੇ ਵੱਲੋਂ ਇੱਕ ਐਸੇ ਸ਼ਖਸ ਨੂੰ ਨੋਮੀਨੇਟ ਕੀਤਾ ਗਿਆ ਜਿਸ ਨੇ ਸਧਾਰਨ ਪਰਿਵਾਰ ਤੋਂ ਉੱਠ ਕੇ ਸਿੱਖਿਆ ਦੇ ਖੇਤਰ 'ਚ ਵੱਡੀਆਂ ਪਲਾਂਘਾਂ ਪੁੱਟੀਆਂ। ਕਿਸਾਨ ਪਰਿਵਾਰ ਨਾਲ ਸੰਬੰਧ ਰੱਖਣ ਵਾਲਾ ਸ਼ਖਸ ਕਿਵੇਂ ਚੰਡੀਗੜ੍ਹ ਆਉਂਦਾ ਅਤੇ ਕਿਵੇਂ ਇੱਕ ਵੱਡੀ ਯੂਨੀਵਰਸਿਟੀ ਦੀ ਨੀਂਹ ਰੱਖਦਾ ਅਤੇ ਦੇਸ਼ ਭਰ ਦੇ ਵਿੱਚ ਇੱਕ ਵੱਡਾ ਮੁਕਾਮ ਹਾਸਲ ਕਰਦਾ, ਕਿਵੇਂ ਰਿਹਾ ਇਹ ਸਫ਼ਰ ਅਤੇ ਕਿਵੇਂ ਹੁਣ ਰਾਜ ਸਭਾ ਦੇ ਵਿੱਚ ਜਾ ਕੇ ਪੰਜਾਬ ਦੀ ਨੁਮਾਇੰਦਗੀ ਕਰਨਗੇ ਸਤਨਾਮ ਸਿੰਘ ਸੰਧੂ, ਇੱਕ ਕਿਸਾਨ ਦਾ ਪੁੱਤ, ਸਧਾਰਨ ਕਿਸਾਨ ਦਾ ਪੁੱਤ। ਕਿਸਾਨ ਯੂਨੀਅਨ ਦੀ ਸ਼ੁਰੂਆਤ ਮੈਨੂੰ ਲੱਗਦਾ ਕਿ ਅਗਰ ਆਪਾਂ ਕਹੀਏ ਤਾਂ ਤੁਹਾਡੇ ਪਰਿਵਾਰ ਨੇ ਕੀਤੀ, ਤੁਹਾਡੇ ਦਾਦਾ ਜੀ ਫਾਊਂਡਰ ਮੈਂਬਰ ਰਹੇ ਭਾਰਤੀ ਕਿਸਾਨ ਯੂਨੀਅਨ ਦੇ। ਇੱਕ ਕਿਸਾਨ ਪਰਿਵਾਰ ਦੇ ਵਿੱਚੋਂ ਉੱਠ ਕੇ ਅੱਜ ਜਦੋਂ ਰਾਜ ਸਭਾ ਜਾ ਕੇ ਬੈਠਣਾ ਤਾਂ ਕੀ ਕੁਝ ਇਸ ਵੇਲੇ ਜ਼ਿਹਨ ਦੇ ਵਿੱਚ ਚੱਲ ਰਿਹਾ? ਬਹੁਤ ਨਿਮਾਣਾ ਜਿਹਾ ਇਨਸਾਨ ਹਾਂ ਮੈਂ ਔਰ ਬੜੀ ਸਧਾਰਨ ਪਿਛੋਕੜ ਤੋਂ ਮੈਂ ਸੰਬੰਧਿਤ ਹੈਗਾ, ਤੁਸੀਂ ਸਾਰੇ ਜਾਣਦੇ ਹੋ, ਸਾਰੇ ਪੰਜਾਬ ਦੇ ਲੋਕ ਵੀ ਜਾਣਦੇ ਆ। ਤਕਰੀਬਨ ਪਿੰਡ ਰਸੂਲਪੁਰ ਹੈ ਮੇਰਾ, ਤਹਿਸੀਲ ਜ਼ੀਰਾ ਹੈ, ਜ਼ਿਲ੍ਹਾ ਫਿਰੋਜ਼ਪੁਰ ਹੈ। ਔਰ ਜਦੋਂ ਦੇਸ਼ ਆਜ਼ਾਦ ਹੋਇਆ ਸੀ, ਦੇਸ਼ ਦੀ ਵੰਡ ਦੇ ਵਿੱਚ ਸਾਡਾ ਵੀ ਪਰਿਵਾਰ ਉਜੜ ਕੇ ਲਾਹੌਰ ਡਿਸਟ੍ਰਿਕਟ 'ਚੋਂ ਜ਼ੀਰਾ ਤਹਿਸੀਲ ਵਿੱਚ ਵਸਿਆ ਸੀਗਾ। ਅਤੇ ਮੈਨੂੰ ਮਾਣ ਹੈ ਕਿ ਮੈਂ ਇੱਕ ਕਿਸਾਨੀ ਪਰਿਵਾਰ 'ਚੋਂ ਹੈਗਾ। ਮੈਂ ਆਪਣੇ ਪਿਤਾ ਜੀ ਦੇ ਨਾਲ ਘਰ ਦਾ ਖੇਤੀ ਦਾ ਕੰਮ ਕਰਦਾ ਸੀ ਔਰ ਜਦੋਂ ਮੈਂ ਕਾਲਜ ਜਾਣ ਲੱਗਿਆ ਤਾਂ ਜਿਹੜਾ ਕਿਸਾਨ ਦੇ ਕੋਲ ਇੱਕ ਹੀ ਵਸੀਲਾ ਹੁੰਦਾ ਹੈ ਆਮਦਨ ਦਾ, ਖੇਤੀ ਦੇ ਨਾਲ ਦੁੱਧ ਵੇਚਣ ਦਾ ਸੀਗਾ। ਅਤੇ ਮੈਂ ਆਪਣੇ ਸਾਈਕਲ ਦੇ ਨਾਲ ਜਦੋਂ ਕਾਲਜ ਜਾਂਦਾ ਸੀ ਦੁੱਧ ਦਾ ਡਰੰਮ ਬੰਨ੍ਹ ਕੇ ਸਵੇਰੇ ਦੁੱਧ ਮੱਝਾਂ ਚੋ ਕੇ ਮੈਂ ਕਾਲਜ ਟਾਈਮ 'ਤੇ ਲੈ ਕੇ ਜਾਂਦਾ ਸੀ ਨਾਲ। ਅੱਛਾ, ਸਤਨਾਮ ਸਿੰਘ ਸੰਧੂ ਹਾਲਾਂਕਿ ਸਾਰੇ ਕਿਸਾਨ ਪੁਰਾਣ ਦੇ ਵਿੱਚ ਘਰੇ ਤਾਂ ਕੰਮ ਸਾਰੇ ਕਰਦੇ ਆ, ਪਰ ਇਹ ਸਤਨਾਮ ਸਿੰਘ ਸੰਧੂ ਅੱਜ ਦੇ ਰਾਜ ਸਭਾ ਮੈਂਬਰ ਵਜੋਂ ਜਿਹੜੇ ਸਹੁੰ ਚੁੱਕਣ ਜਾ ਰਹੇ ਨੇ, ਉਹ ਪਹਿਲਾਂ ਖੇਤ ਪੱਠੇ ਲੈ ਕੇ ਆਉਂਦੇ ਸੀ, ਫਿਰ ਆ ਕੇ ਪਸ਼ੂ ਚੋਂਦੇ ਸੀ, ਫਿਰ ਦੁੱਧ ਵਾਲੇ ਡਰੰਮ 'ਚ ਸਾਈਕਲ ਮਗਰ ਬੰਨ੍ਹ ਕੇ ਦੁੱਧ, ਅਤੇ
ਪਾ ਕੇ ਡੇਰੀ ਤੇ ਫਿਰ ਕਾਲਜ ਜਾਂਦੇ ਸੀ। ਫਿਰ ਕਾਲਜ ਜਾਂਦਾ ਸੀ ਔਰ ਮੈਨੂੰ ਅੱਜ ਵੀ ਯਾਦ ਹੈ ਕਿ ਜਦੋਂ ਕਾਲਜ ਜਾਂਦਾ ਸੀ ਤੇ ਡਿਸਟ੍ਰਿਕਟ ਫਿਰੋਜ਼ਪੁਰ ਕਾਲਜ ਸੀ ਮੇਰਾ ਗੁਰਾਨਾ ਕਾਲਜ ਫਿਰੋਜ਼ਪੁਰ, ਅਤੇ ਮੇਰੇ ਨਾਲ ਆਉਣ ਵਾਲੇ ਜਿਹੜੇ ਸਾਥੀ ਸੀ ਜਿਹੜੇ ਚੰਗੇ ਬੈਕਗਰਾਊਂਡ ਤੋਂ ਪਰਿਵਾਰਾਂ ਤੋਂ, ਸ਼ਾਇਦ ਉਹਨਾਂ ਨੂੰ ਮੇਰੇ ਕੱਪੜਿਆਂ ਵਿੱਚ ਵੀ ਉਹ ਮੁਸ਼ਕ ਆਉਂਦਾ ਹੋਵੇ ਕਿਉਂਕਿ ਮੈਂ ਇਸ ਤਰ੍ਹਾਂ ਦੇ ਕੰਮ ਕਰਦਾ ਡੰਗਰਾਂ 'ਚ ਆਉਂਦਾ ਸੀ, ਅਤੇ ਇਸ ਤਰ੍ਹਾਂ ਦਾ ਪਿਛੋਕੜ ਹੈ ਮੇਰਾ। ਮੇਰੇ ਘਰ ਦੇ ਵਿੱਚ ਕਿਸਾਨੀ ਦੀ ਬਿਹਤਰੀ ਵਾਸਤੇ ਮੈਨੂੰ ਇਹ ਵੀ ਮਾਣ ਹੈ ਕਿ ਮੇਰੇ ਇਹ ਖਾਨਦਾਨ ਦੀਆਂ ਜਿਹੜੀਆਂ ਤਿੰਨ ਪੀੜ੍ਹੀਆਂ ਨੇ ਉਹ ਕਿਸਾਨੀ ਨੂੰ ਸਮਰਪਿਤ ਹੈ। ਮੇਰੇ ਦਾਦਾ ਜੀ ਸਰਦਾਰ ਡੋਗਰ ਸਿੰਘ ਜਦੋਂ ਪੰਜਾਬ ਦੇ ਵਿੱਚ ਪੰਜਾਬ ਜ਼ਿਮੀਂਦਾਰ ਯੂਨੀਅਨ ਸੀ, ਫਿਰ ਭਾਰਤੀ ਕਿਸਾਨ ਯੂਨੀਅਨ ਬਣੀ, ਉਸਦੇ ਫਾਊਂਡਰ ਮੈਂਬਰਾਂ ਵਿੱਚੋਂ ਇੱਕ ਸੀਗੇ। ਮੇਰੇ ਪਿਤਾ ਜੀ ਸਰਦਾਰ ਪਿੱਪਲ ਸਿੰਘ, ਉਹ ਵੀ ਕਿਸਾਨੀ ਦੀ ਬਿਹਤਰੀ ਵਾਸਤੇ ਕੰਮ ਕਰਦੇ ਰਹੇ। ਮੇਰੇ ਛੋਟੇ ਭਰਾ ਫਰਮਾਨ ਸਿੰਘ ਵੀ ਸੇਵਾ ਨੂੰ ਸਮਰਪਿਤ ਰਹੇ, ਪਰ ਮੈਨੂੰ ਸਿੱਖਿਆ ਦੇ ਖੇਤਰ ਵਿੱਚ ਕੰਮ ਕਰਨ ਦਾ ਮੌਕਾ ਮਿਲਿਆ, ਚੰਡੀਗੜ੍ਹ ਯੂਨੀਵਰਸਿਟੀ ਸਥਾਪਿਤ ਕਰਨ ਦਾ ਸੁਭਾਗ ਮਿਲਿਆ। ਅੱਛਾ, ਤੁਹਾਨੂੰ ਸਰ ਇੱਕ ਚੀਜ਼ ਮੈਂ ਸਮਝਣੀ ਚਾਹੂੰਗਾ, ਜਦੋਂ ਇੱਕ ਕਿਸਾਨ ਚਾਹੇ 10 ਕਿੱਲੇ ਵਾਲਾ ਹੋਵੇ ਚਾਹੇ 100 ਵਾਲਾ ਹੋਵੇ, ਤਕਰੀਬਨ ਸਧਾਰਨ ਪਰਿਵਾਰ 'ਚ ਗਿਣੇ ਜਾਂਦੇ ਆ, ਕਿਉਂਕਿ ਉਹਨਾਂ ਨੇ ਹੱਥੀਂ ਕੰਮ ਕਰਨਾ ਹੁੰਦਾ। 100 ਕਿੱਲੇ ਵਾਲੇ ਦਾ ਵੀ ਜਦੋਂ ਘਰੇ ਆ ਕੇ ਕੁੜਤਾ ਝਾੜਦਾ ਤਾਂ ਮਿੱਟੀ ਝੜਦੀ ਹੁੰਦੀ ਹੈ। ਮੈਂ ਖੁਦ ਖੇਤੀ ਕਰਦਾ ਰਿਹਾ, ਤੁਸੀਂ ਖੇਤੀ ਦੇ ਵਿੱਚੋਂ, ਤੁਸੀਂ ਤਾਂ ਜ਼ਿਆਦਾ ਸੰਘਰਸ਼ ਦੇ ਵਿੱਚ ਉੱਠੇ ਹੋਏ ਹੋ। ਇੱਕ ਸਧਾਰਨ ਪਰਿਵਾਰ ਦੇ ਵਿੱਚੋਂ ਜਦੋਂ ਇੱਕ ਜੜਦਾ ਪੁੱਤ ਇੰਨਾ ਕੁ ਸੋਚਦਾ, ਲੈ ਵੀ ਐਤਕੀ ਫਸਲ ਚੰਗੀ ਹੋ ਗਈ, ਆਪਾਂ ਟਰੈਕਟਰ ਨਵਾਂ ਲਵਾਂਗੇ ਜਾਂ ਫਿਰ ਆਪਾਂ ਕੰਬਾਈਨ ਲਵਾਂਗੇ, ਤੁਹਾਡੇ ਵਾਲੇ ਪਾਸੇ ਕੰਬਾਈਨਾਂ ਦਾ ਵੀ ਕਾਫੀ ਸੀ, ਕੰਬਾਈਨ ਲਵਾਂਗੇ, ਇੱਕ ਟਰੈਕਟਰ ਅਤੇ ਕੰਬਾਈਨ ਦੀ ਸੋਚ ਤੋਂ ਉੱਪਰ ਉੱਠ ਕੇ ਇੱਕ ਯੂਨੀਵਰਸਿਟੀ ਸਥਾਪਿਤ ਕਰਨਾ ਇੱਕ ਕਿਸਾਨ ਦੇ ਪੁੱਤ ਲਈ, ਇਹ ਰਸਤਾ ਕਿਵੇਂ ਸੀ, ਇਹ ਜ਼ਹਿਨ ਦੇ ਵਿੱਚ ਮਤਲਬ ਐਡੀ ਵੱਡੀ ਪਲਾਂਗ ਪੁੱਟਣ ਦਾ ਆਇਆ ਕਿੱਥੋਂ, ਜਿਹੜਾ ਕਾਲਜ ਜਾਣ ਲੱਗਾ ਵੀ ਪਹਿਲਾਂ ਦੁੱਧ ਪਾ ਕੇ ਆਉਂਦਾ ਹੋਵੇ ਡੇਰੀ 'ਤੇ? ਨਹੀਂ, ਐਸਾ ਨਹੀਂ ਕਿ ਮੈਂ ਪਹਿਲੇ ਦਿਨ ਤੋਂ ਸੋਚਿਆ ਸੀ ਕਿ ਮੈਂ ਯੂਨੀਵਰਸਿਟੀ ਸਥਾਪਿਤ ਕਰ ਪਾਊਂਗਾ। ਇਹ ਤਾਂ ਸਮੇਂ ਦੇ ਨਾਲ ਚੱਲਦਿਆਂ ਚੱਲਦਿਆਂ ਇਨਸਾਨ ਸਿੱਖਦਾ, ਜ਼ਿੰਦਗੀ ਦੇ ਸੰਘਰਸ਼ ਦੇ ਵਿੱਚੋਂ ਬਹੁਤ ਸਾਰੀਆਂ ਚੀਜ਼ਾਂ ਸਿੱਖੀਆਂ। ਮੇਰੇ ਦਾਦਾ ਜੀ ਵਿਜ਼ਨਰੀ ਸੀਗੇ ਕਿਉਂਕਿ ਉਹਨਾਂ ਸਮਿਆਂ 'ਚ ਸਾਡੇ ਇਲਾਕੇ ਵਿੱਚ ਸ਼ਾਇਦ ਬਹੁਤ ਘੱਟ ਅਖਬਾਰ ਪੜ੍ਹਨ ਨੂੰ ਆਉਂਦੇ ਸੀਗੇ, ਅਤੇ ਚੰਡੀਗੜ੍ਹ ਤੋਂ ਹਰ ਰੋਜ਼ ਪੰਜਾਬੀ ਟ੍ਰਿਬਿਊਨ ਜਿਹੜਾ ਹੈ ਉਹ ਸਾਡੇ ਘਰ ਜਾਂਦਾ ਸੀ ਔਰ ਉਹਨੂੰ ਪੜ੍ਹਨ ਦੀ ਡਿਊਟੀ ਮੇਰੀ ਹੁੰਦੀ ਸੀ। ਉਹ ਦਾਦਾ ਜੀ ਕੋਲੋਂ ਬਹੁਤ ਕੁਝ ਸਿੱਖਿਆ ਮੈਂ, ਪਿਤਾ ਜੀ ਕੋਲੋਂ ਖੇਤੀ ਸਿੱਖੀ, ਮਿਹਨਤ ਮੁਸ਼ੱਕਤ ਸਿੱਖੀ, ਔਰ ਦਾਦਾ ਜੀ ਕੋਲੋਂ ਮੈਂ ਦੁਨੀਆਦਾਰੀ ਸਿੱਖੀ, ਸਮਾਜ ਦੇ ਬਾਰੇ ਸਿੱਖਿਆ, ਸਮਾਜ ਸੇਵਾ ਦਾ ਜਜ਼ਬਾ ਸਿੱਖਿਆ, ਅਤੇ ਉਹ ਸ਼ਾਇਦ ਕਿਤੇ ਨਾ ਕਿਤੇ ਮੇਰੇ ਇਹੋ ਜ਼ਿੰਦਗੀ ਵਿੱਚ ਕੰਮ ਆਇਆ। ਸਰ ਇੱਕ ਸਿਆਸਤ ਦੇ ਵਿੱਚ ਤਾਂ ਚਲੋ ਮੈਂ ਦੇਖਦਾ ਕਿ ਪਲਾਂਗ ਵੱਜਦੀ ਹੈ, ਚਾਹੇ ਉਹ ਕਿਸੇ ਤਰ੍ਹਾਂ ਦੇ ਪਿਛੋਕੜ ਨਾਲ ਸੰਬੰਧ ਰੱਖਦਾ ਹੋਵੇ, ਜਿਹੜੀ ਹੁਣ ਦੀ ਸਿਆਸਤ ਆ ਉਹਦੇ ਵਿੱਚ ਤਾਂ ਬੜੇ ਨਿਮਾਣੇ ਪਰਿਵਾਰਾਂ ਦੇ ਵਿੱਚ ਉੱਠ ਕੇ ਵੀ ਵੱਡੇ ਵੱਡੇ ਅਹੁਦਿਆਂ 'ਤੇ ਚਲੇ ਗਏ, ਮੰਤਰੀ ਤੱਕ ਬਣ ਗਏ, ਪਰ ਜਿਹੜੇ ਰਸਤੇ ਤੁਸੀਂ ਰਾਜ ਸਭਾ ਪਹੁੰਚੇ ਹੋ ਉਹ ਰਸਤਾ ਸ਼ਾਇਦ ਹਰੇਕ ਦੇ ਹਿੱਸੇ ਨਹੀਂ ਆਉਂਦਾ। 250 ਰਾਜ ਸਭਾ ਮੈਂਬਰਾਂ ਦੇ ਵਿੱਚੋਂ 238 ਤਾਂ ਰਾਜਨੀਤਿਕ ਤੌਰ 'ਤੇ ਚੁਣੇ ਜਾਂਦੇ ਆ, ਮਹਿਜ਼ 12 ਐਸੇ ਨਾਮ ਚੁਣੇ ਜਾਂਦੇ ਨੇ ਪੂਰੇ ਦੇਸ਼ ਭਰ ਦੇ ਵਿੱਚੋਂ ਜਿਨ੍ਹਾਂ ਨੇ ਜਾਂ ਤਾਂ ਕਲਾ ਦੇ ਖੇਤਰ 'ਚ ਜਾਂ ਸਿੱਖਿਆ ਦੇ ਖੇਤਰ 'ਚ ਜਾਂ ਸਾਇੰਸ ਦੇ ਖੇਤਰ ਦੇ ਵਿੱਚ ਜਾਂ ਫਿਰ ਸਮਾਜ ਸੇਵਾ ਦੇ ਖੇਤਰ ਦੇ ਵਿੱਚ ਕੋਈ ਵੱਡੀ ਪ੍ਰਾਪਤੀ ਕੀਤੀ ਹੋਵੇ। ਦੇਸ਼ ਭਰ ਦੇ ਵਿੱਚੋਂ ਰਾਸ਼ਟਰਪਤੀ ਜਿਹੜੇ 12 ਨਾਵਾਂ ਨੂੰ ਚੁਣਦਾ ਉਹਨਾਂ 250 ਦੇ ਵਿੱਚ ਬਿਠਾਉਣ ਲਈ ਮੂਹਰੇ ਕਰਕੇ, ਉਹਨਾਂ ਦੇ ਵਿੱਚ ਇਹ ਸਾਡੀ ਦਸਤਾਰ ਨੂੰ ਮਾਣ ਜਿਹੜਾ ਮਿਲਿਆ ਉਸ ਪੜਾਅ ਨੂੰ ਕਿਵੇਂ ਦੇਖਦੇ ਹੋ? ਇੱਕ ਤਾਂ ਕਿਉਂਕਿ ਸਿਆਸੀ ਰਸਤਾ ਤਾਂ ਅਗਲਾ ਚਲੋ ਲੀਡਰਾਂ ਨਾਲ ਨੇੜਤਾ ਕਰਕੇ ਹੋ ਜਾਂਦਾ, ਪਰ ਰਾਸ਼ਟਰਪਤੀ ਦੇ ਰਾਹੀਂ ਇਸ ਰਸਤੇ ਰਾਜ ਸਭਾ ਦੇ ਵਿੱਚ ਜਾਣਾ? ਇਸ ਤਰ੍ਹਾਂ ਜੀ ਕਿ ਮੈਂ ਪਿਛਲੇ ਲੰਬੇ ਸਮੇਂ ਤੋਂ ਸਾਡੇ ਦੇਸ਼ ਦੇ ਬਹੁਤ ਹੀ ਸਨਮਾਨਯੋਗ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਦਾ ਉਪਾਸ਼ ਕਰੇ ਹਾਂ, ਉਹਨਾਂ ਦੇ ਨਕਸ਼ੇ ਕਦਮ 'ਤੇ ਚੱਲਦਿਆਂ ਹੋਇਆਂ ਦੇਸ਼ ਦੀ ਬਿਹਤਰੀ ਵਾਸਤੇ ਜਿਹੜੀ ਗੁੜਤੀ ਬਾਪੂ ਜੀ ਕੋਲੋਂ ਮਿਲੀ ਸੀ, ਮੈਨੂੰ ਇੱਕ ਹੋਰ ਬਾਪੂ ਜੀ ਮਿਲੇ ਸ਼੍ਰੀ ਨਰਿੰਦਰ ਮੋਦੀ ਜੀ ਦੇ ਰੂਪ ਦੇ ਵਿੱਚ, ਔਰ ਉਹਨਾਂ ਦੇ ਵਿਜ਼ਨ ਨੂੰ ਮੈਂ ਫੋਲੋ ਕਰਦਾ ਰਿਹਾ, ਉਹਨਾਂ ਦੀਆਂ ਸਪੀਚਸ ਨੂੰ, ਉਹਨਾਂ ਦੇ ਮਿਸ਼ਨ ਨੂੰ ਅੱਗੇ ਵਧਾਉਣ ਵਾਸਤੇ ਮੈਂ
ਨਿਮਾਣਾ ਜਿਹਾ ਯਤਨ, ਜਿਵੇਂ ਕਹਿੰਦੇ ਨੇ ਕਿ ਇੱਕ ਚਿੜੀ ਜਿਹੜੀ ਆ ਚੁੰਝ ਵਿੱਚ ਪਾਣੀ ਭਰ ਕੇ ਲਿਆਉਂਦੀ ਆ, ਉਹ ਮੈਂ ਕੁਝ ਸਾਲਾਂ ਤੋਂ ਲੱਗਿਆ ਹੋਇਆ ਉਸ ਕੰਮ ਵਾਸਤੇ, ਔਰ ਮੈਂ ਇੱਕ ਸਿਪਾਹੀ ਦੇ ਤੌਰ 'ਤੇ, ਇੱਕ ਕਾਰਜਕਰਤਾ ਦੇ ਤੌਰ 'ਤੇ ਭਾਰਤ ਨੂੰ ਵਿਕਸਿਤ ਭਾਰਤ ਬਣਾਉਣ ਦਾ ਜਿਹੜਾ ਸੁਪਨਾ ਹੈ ਨਾ ਜੀ, ਮੈਨੂੰ ਲੱਗਦਾ ਕਿ ਉਸਦਾ ਮੈਂ ਇੱਕ ਸਿਪਾਹੀ ਹਾਂ ਛੋਟਾ ਜਿਹਾ, ਔਰ ਮੈਂ ਉਸਦੇ ਵਾਸਤੇ ਜੋ ਨਿਮਾਣੇ ਯਤਨ ਮੇਰੇ ਤੋਂ ਹੁੰਦੇ ਆ ਮੈਂ ਕਰਦਾ ਰਹਿੰਦਾ, ਔਰ ਮੈਂ ਸਮਝਦਾ ਕਿ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਇੱਕ ਦੁਨੀਆ ਦੇ ਵਾਹਿਦ ਲੀਡਰ ਹੈ ਜਿਹੜੇ ਕਿ ਨਿਮਾਣੇ ਘਰਾਂ ਦੇ ਲੋਕਾਂ ਨੂੰ ਵੀ ਮਾਣ ਬਖਸ਼ਦੇ ਆ, ਔਰ ਦੇਸ਼ ਦੇ ਰਾਸ਼ਟਰਪਤੀ ਜੀ ਦਾ ਧੰਨਵਾਦੀ ਹਾਂ ਜਿਨ੍ਹਾਂ ਨੇ ਮੈਨੂੰ ਨੋਮੀਨੇਟ ਕੀਤਾ, ਪਰ ਮੈਂ ਇਹਦਾ ਸਾਰਾ ਕ੍ਰੈਡਿਟ ਜਿਹੜਾ ਹੈਗਾ ਸ਼੍ਰੀ ਨਰਿੰਦਰ ਮੋਦੀ ਜੀ ਦੀ ਜਿਹੜੀ ਵਿਚਾਰਧਾਰਾ ਨੂੰ, ਉਹਨਾਂ ਦੀ ਸੋਚ ਨੂੰ ਕਿ ਦੇਸ਼ ਨੂੰ ਕਿਵੇਂ ਅੱਗੇ ਦੁਨੀਆ ਦੇ ਵਿੱਚ ਇੱਕ ਵਿਕਸਿਤ ਭਾਰਤ ਬਣਾਉਣ ਵਾਸਤੇ ਉਹ ਲੱਗੇ ਹੋਏ ਆ, ਔਰ ਮੈਂ ਉਸਨੂੰ ਦਿੰਦਾ, ਮੈਂ ਜੋ ਕੁਛ ਮੈਨੂੰ ਹਾਸਲ ਹੋਇਆ ਉਸਦੇ ਪਿੱਛੇ ਦੇਸ਼ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਦਾ ਵਿਜ਼ਨ ਹੈ। ਜਿਹੜਾ ਜਦੋਂ ਰਾਜ ਸਭਾ ਦੇ ਵਿੱਚ ਕੋਈ ਵਿਅਕਤੀ ਚਲਾ ਜਾਂਦਾ ਨਾ, ਤਾਂ ਉੱਥੇ ਜਾ ਕੇ ਫਿਰ ਉਹ ਰਾਜਨੀਤੀ ਦਾ ਖਿਡਾਰੀ ਬਣਨ ਵਾਲੇ ਪਾਸੇ ਚੀਜ਼ਾਂ ਸ਼ੁਰੂ ਹੋ ਜਾਂਦੀਆਂ, ਰਾਜਨੀਤਿਕ ਤੋੜ ਜੋੜ ਜਿਹੜੇ ਉਹ ਸ਼ੁਰੂ ਹੋ ਜਾਂਦੇ ਆ। ਸਤਨਾਮ ਸਿੰਘ ਸੰਧੂ ਦਾ ਕੀ ਵਿਜ਼ਨ ਹੈ ਹੁਣ ਸਿੱਖਿਆ ਦੇ ਖੇਤਰ ਨੇ ਤੁਹਾਨੂੰ, ਜਾਂ ਇਸ ਸੰਘਰਸ਼ ਨੇ ਤੁਹਾਨੂੰ ਇੱਥੇ ਰਾਜ ਸਭਾ ਪਹੁੰਚਾਤਾ, ਸਿੱਖਿਆ ਦੇ ਖੇਤਰ 'ਚ ਤੁਸੀਂ ਵੱਡੀ ਪਲਾਂਘ ਪੱਟੀ, ਅੱਗੇ ਤੁਹਾਡਾ ਵਿਜ਼ਨ ਕੀ ਰਹਿਣ ਵਾਲਾ? ਹੁਣ ਸਤਨਾਮ ਸਿੰਘ ਸੰਧੂ ਸਿਆਸਤ ਦਾ ਖਿਡਾਰੀ ਬਣੇਗਾ, ਜਾਂ ਫਿਰ ਸਿੱਖਿਆ ਵਾਲਾ ਜਿਹੜਾ ਏਜੰਡਾ ਲੈ ਕੇ ਚੱਲੇ ਸੀ ਉਸੇ ਪਾਸੇ ਕੰਮ ਕੀਤਾ ਜਾਣਾ? ਆਉਣ ਵਾਲੇ ਟਾਈਮ ਦੇ ਵਿੱਚ ਅਸੀਂ ਕੀ ਦੇਖੀਏ, ਤੁਹਾਡਾ ਨਿਸ਼ਾਨਾ, ਤੁਹਾਡਾ ਟੀਚਾ ਕੀ ਰਹਿਣ ਵਾਲਾ? ਰਾਜ ਸਭਾ ਦੇ ਵਿੱਚ ਬੈਠ ਕੇ ਸਿਆਸਤ ਦੀ ਗੱਲ ਕਰਨੀ ਹੈ, ਜਾਂ ਫਿਰ ਸਿੱਖਿਆ ਦੀ ਗੱਲ ਕਰਨੀ ਹੈ, ਜਾਂ ਪੰਜਾਬ ਦੀ ਜਿਹੜੀ ਬਹੁਤ ਰੜਕਦੀ ਹੈ ਕਿ ਪੰਜਾਬ ਦੀ ਗੱਲ ਉੱਥੇ ਜ਼ਰੂਰ ਹੋਵੇ ਸਾਡੀ? ਦੇਖੋ, ਮੈਂ ਨਹੀਂ ਸਮਝਦਾ ਕਿ ਮੈਂ ਕੋਈ ਸਿਆਸੀ ਵਿਅਕਤੀ ਹਾਂ ਜਾਂ ਮੈਂ ਸਿਆਸਤ ਵਾਸਤੇ ਬਣਿਆ ਹੈਗਾ, ਮੈਨੂੰ ਇਹਦੀ ਸਮਝ ਨਹੀਂ ਹੈਗੀ। ਲੇਕਿਨ ਸੇਵਾ ਭਾਵਨਾ ਜਿਹੜੀ ਹੈਗੀ, ਮੈਨੂੰ ਮੈਂ ਦੱਸਿਆ ਕਿ ਮੇਰੇ ਗੁੜਤੀ ਵੀ ਵਿੱਚ ਮਿਲੀ ਆ, ਅਤੇ ਮੈਨੂੰ ਮੇਰਾ ਫਿਊਚਰ ਵੀ ਜਿਹੜਾ ਸੇਵਾ ਭਾਵਨਾ ਵਾਲਾ ਮਿਲਿਆ ਹੈਗਾ ਦੇਸ਼ ਦੇ ਪ੍ਰਧਾਨ ਮੰਤਰੀ ਦੇ ਰੂਪ ਵਿੱਚ। ਔਰ ਮੈਂ ਸਿਰਫ ਸੇਵਾ ਭਾਵਨਾ ਨਾਲ, ਔਰ ਸਿੱਖਿਆ ਜਿਹੜਾ ਮੇਰਾ ਕੋਰ ਹੈ, ਐਜੂਕੇਸ਼ਨ ਮੇਰਾ ਕੋਰ ਹੈ, ਔਰ ਇਸ ਮੂਲ ਨੂੰ ਮੈਂ ਅੱਗੇ ਵਧਾਉਣ ਦੀ ਕੋਸ਼ਿਸ਼ ਕਰੂੰਗਾ। ਵਿਕਸਿਤ ਭਾਰਤ ਦੇ ਸੁਪਨੇ ਦੀ ਗੱਲ ਕੀਤੀ ਸੀ, ਉਹਦੇ ਵਿੱਚ ਸਿੱਖਿਆ ਦਾ ਸਭ ਤੋਂ ਵੱਡਾ ਰੋਲ ਹੈਗਾ ਕਿ ਕਿਵੇਂ ਸਾਡੀਆਂ ਯੂਨੀਵਰਸਿਟੀ ਵਰਲਡ ਕਲਾਸ ਯੂਨੀਵਰਸਿਟੀ ਬਣ, ਜਿਵੇਂ ਅਸੀਂ ਇੰਟਰਨੈਸ਼ਨਲ ਰੈਂਕਿੰਗ ਵਿੱਚ ਆਈਏ। ਪ੍ਰਧਾਨ ਮੰਤਰੀ ਚਾਹੁੰਦੇ ਆ, ਔਰ ਉਹਨਾਂ ਦੀ ਅਗਵਾਈ ਵਿੱਚ ਦੇਸ਼ ਬਹੁਤ ਅੱਗੇ ਵਧਿਆ। ਅਸੀਂ ਏਸ਼ੀਆ ਦੇ ਵਿੱਚ ਚਾਈਨਾ ਨੂੰ ਪਛਾੜ ਚੁੱਕੇ ਹਾਂ ਐਜੂਕੇਸ਼ਨ ਦੇ ਵਿੱਚ। ਤੁਸੀਂ ਜਿਹੜੀਆਂ ਹੁਣ ਏਸ਼ੀਆ ਰੈਂਕਿੰਗ ਆਈਆਂ ਨੇ, ਵੱਡੀਆਂ ਵਰਲਡ ਰੈਂਕਿੰਗ ਆ, ਉਸ ਦੇ ਵਿੱਚ ਦੇਖੋਗੇ ਕਿ ਚਾਈਨਾ ਭਾਰਤ ਤੋਂ ਬਹੁਤ ਥੱਲੇ ਆ ਗਿਆ, ਅਤੇ ਇਹ ਸਿਰਫ ਉਹਨਾਂ ਦੇ ਵਿਜ਼ਨ ਕਰਕੇ ਹੋਇਆ। ਔਰ ਮੈਂ ਇੱਕ ਸਿਪਾਹੀ ਦੇ ਤੌਰ 'ਤੇ, ਕਾਰਜਕਰਤਾ ਦੇ ਤੌਰ 'ਤੇ ਇਸ ਮਿਸ਼ਨ ਨੂੰ ਅੱਗੇ ਵਧਾਉਣ ਦੀ ਕੋਸ਼ਿਸ਼ ਕਰੂੰਗਾ। ਲਾਈਨ ਤੁਹਾਡੀ ਕਲੀਅਰ ਇਹ ਰਹੇਗੀ ਸਿੱਖਿਆ ਦੀ? ਨਹੀਂ, ਸਿੱਖਿਆ ਦੇਖੋ, ਸਿੱਖਿਆ ਤਾਂ ਸਾਰੇ ਸਮਾਜ ਵਾਸਤੇ ਹੀ ਇੱਕ ਬੇਸਿਕ ਚੀਜ਼ ਹੈਗੀ ਆ, ਔਰ ਇਹ ਮੇਰਾ ਕੋਰ ਹੈ। ਲੇਕਿਨ ਇਸ ਤੋਂ ਇਲਾਵਾ ਜਿਹੜੀਆਂ ਹੋਰ ਬਹੁਤ ਸਾਰੀਆਂ ਚੀਜ਼ਾਂ ਨੇ, ਸਾਡੇ ਗਵਰਨੈਂਸ ਦੇ ਇਸ਼ੂ ਨੇ, ਸਾਡੇ ਰਿਫੋਰਮਸ ਨੇ, ਬਹੁਤ ਸਾਰੀਆਂ ਚੀਜ਼ਾਂ ਜਿੱਥੇ ਜਿੱਥੇ ਮੈਨੂੰ ਲੱਗੇਗਾ ਕਿ ਮੈਂ ਫੋਲੋਅਰ, ਮੈਂ ਬੜਾ ਸਪਸ਼ਟ ਹਾਂ ਕਿ ਮੈਂ ਸ਼੍ਰੀ ਨਰਿੰਦਰ ਮੋਦੀ ਜੀ ਦੀ ਵਿਚਾਰਧਾਰਾ ਦਾ ਫੋਲੋਅਰ ਹਾਂ। ਇੱਕ ਚੀਜ਼ ਹੋਰ ਸਪਸ਼ਟ ਕਰਿਓ, ਕਿਸਾਨ ਯੂਨੀਅਨ ਖੜ੍ਹੇ ਕਰਨ ਵਾਲਾ ਤੁਹਾਡਾ ਪਰਿਵਾਰ, ਤੁਹਾਡੇ ਦਾਦਾ ਜੀ ਸਰਦਾਰ ਡੋਗਰ ਸਿੰਘ, ਜਿਹੜੇ ਫਾਊਂਡਰ ਮੈਂਬਰ ਕਹਾਂਗੇ, ਜਿਹੜੇ ਉਸ ਵੇਲੇ ਰਹੇ, ਕਿਸਾਨ ਨੂੰ ਲੈ ਕੇ ਅਨੇਕਾਂ ਸੰਘਰਸ਼ ਚੱਲਦੇ ਨੇ, ਕਿਸਾਨ ਦਾ ਦਿੱਲੀ ਦੇ ਨਾਲ ਕਿਤੇ ਨਾ ਕਿਤੇ ਪੇਚਾ ਵੀ ਪੈਂਦਾ, ਤਾਂ ਕਿਸਾਨ ਪਰਿਵਾਰ ਦੇ ਵਿੱਚੋਂ ਉੱਠਿਆ ਹੈ ਮੁੰਡਾ, ਹੁਣ ਦਿੱਲੀ ਦੇ ਵਿੱਚ ਜਾ ਕੇ ਵੱਡਿਆਂ ਵੱਡਿਆਂ ਜਿਹੜੇ ਕਾਨੂੰਨ ਘਾੜੇ ਨੇ ਉਹਨਾਂ 'ਚ ਜਾ ਕੇ ਬਹਿਣਾ, ਤਾਂ ਕੀ ਸਿੱਖਾਂ ਦੇ ਨਾਲ ਨਾਲ ਉਹਨਾਂ ਕਿਸਾਨਾਂ ਦੀ ਵੀ ਗੱਲ ਹੋਏਗੀ? ਕਿਸਾਨ ਤੁਹਾਡੇ ਤੋਂ ਉਮੀਦ ਕਰਨਗੇ, ਭਾਈ ਸਾਡੇ ਸਾਥੀ ਦਾ ਮੁੰਡਾ ਹੁਣ ਉੱਥੇ ਪਹੁੰਚ ਗਿਆ, ਅਤੇ ਹੁਣ ਸਾਡੀ ਕਿਤੇ ਨਾ ਕਿਤੇ ਗੱਲ ਸੁਣੀ ਜਾਊਗੀ। ਦੇਖੋ, ਕਿਸਾਨੀ ਜਿਹੜਾ ਹੈਗਾ ਉਹ ਜਨਮਜਾਤ ਮੇਰਾ ਇੱਕ ਕਿੱਤਾ ਹੈਗਾ, ਔਰ ਸਿੱਖਿਆ ਜਿਹੜਾ ਮੈਂ ਕਿੱਤਾ ਅਖਤਿਆਰ ਕੀਤਾ ਹੈਗਾ।
ਇਹਨਾਂ ਦੋਨਾਂ ਵਾਸਤੇ ਮੇਰੀ ਜਿਹੜੀ ਜਵਾਬਦੇਹੀ ਬਣਦੀ। ਔਰ ਮੈਨੂੰ ਨਹੀਂ ਲੱਗਦਾ ਕਿ ਜਿਹੜਾ ਮੈਨੂੰ ਇਹ ਸਨਮਾਨ ਮਿਲਿਆ ਇਹ ਕਿਸਾਨੀ ਦਾ ਨਹੀਂ ਸਨਮਾਨ ਹੈ ਜਾਂ ਸਿੱਖਿਆ ਦਾ ਸਨਮਾਨ ਨਹੀਂ ਹੈ, ਇਹ ਪੂਰੀਆਂ ਦੇਸ਼ ਭਰ ਦੀਆਂ ਸਿੱਖਿਆ ਸੰਸਥਾਵਾਂ ਦਾ। ਔਰ ਕਿਸਾਨ ਦੇ ਬੇਟੇ ਹੋਣ ਨਾਤੇ ਇਹ ਇੱਕ ਵੱਡਾ ਫੈਕਟਰ ਸਮਝਦਾ ਕਿ ਪ੍ਰਧਾਨ ਮੰਤਰੀ ਜੀ ਨੂੰ ਪਤਾ ਹੈ ਕਿ ਮੈਂ ਇੱਕ ਕਿਸਾਨ ਦਾ ਬੇਟਾ ਹੈਗਾ ਔਰ ਉਹ ਕਿਸਾਨਾਂ ਨੂੰ ਪਿਆਰ ਕਰਦੇ। ਮੈਨੂੰ ਲੱਗਦਾ ਕਿ ਇੱਕ ਕਿਸੇ ਹੱਦ ਤੱਕ ਉਹ ਗਲਤ ਫਹਿਮੀ ਹੋ ਸਕਦੀ ਹੈ, ਲੇਕਿਨ ਉਹ ਸਿੱਖਾਂ ਨੂੰ, ਕਿਸਾਨਾਂ ਨੂੰ ਔਰ ਮਿਹਨਤਕਸ਼ ਲੋਕਾਂ ਨੂੰ ਅੱਗੇ ਵਧਣ ਵਾਲਿਆਂ ਨੂੰ ਉਹ ਹਮੇਸ਼ਾ ਹੀ ਉਹ ਸ਼ਾਬਾਸ਼ੀ ਦਿੰਦੇ ਨੇ, ਉਤਸ਼ਾਹਿਤ ਕਰਦੇ। ਸੋ ਕਦੋਂ ਚੁੱਕਣ ਜਾ ਰਹੇ ਹੋ ਜੀ, ਉਹਦਾ ਸ਼ਡਿਊਲ ਰੈਡੀ ਹੋ ਗਿਆ? ਨਹੀਂ, ਮੈਂ ਤਾਂ ਜੀ ਅੱਜ ਆਪਣਾ ਲੱਗਿਆ ਹੋਇਆ ਸੀਗਾ, ਮੈਨੂੰ ਜੋ ਕੰਮ ਮਿਲਿਆ ਸੀ ਮੈਂ ਕੰਮ ਕਰ ਰਿਹਾ ਸੀਗਾ ਇੱਥੇ, ਲੇਕਿਨ ਮੈਨੂੰ ਤਾਂ ਪਤਾ ਲੱਗਿਆ, ਖਬਰਾਂ ਤੋਂ ਲੱਗਿਆ ਪਤਾ, ਔਰ ਹੁਣ ਮੈਂ ਦਿੱਲੀ ਜਾ ਰਿਹਾ ਹੈਗਾ। ਜੋ ਵੀ ਇਸ ਦੀ ਵਿਧੀ ਹੋਏਗੀ, ਪ੍ਰਕਿਰਿਆ ਹੋਏਗੀ, ਉਹ ਪੂਰੀ ਕਰਕੇ ਆਵਾਂਗੇ ਜੀ। ਤਾਂ ਇੱਕ ਕਿਸਾਨ ਦਾ ਪੁੱਤ, ਕਿਸਾਨ ਯੂਨੀਅਨ ਖੜ੍ਹੀ ਕਰਨ ਵਾਲੇ ਸਰਦਾਰ ਡੋਗਰ ਸਿੰਘ ਦਾ ਪੋਤਰਾ ਅਤੇ ਪੰਜਾਬ ਦੇ ਵਿੱਚ ਸਿੱਖਿਆ ਦੇ ਖੇਤਰ 'ਚ ਵੱਡਾ ਨਾਮ ਅਤੇ ਵੱਡੀ ਯੂਨੀਵਰਸਿਟੀ ਸਥਾਪਿਤ ਕਰਨ ਵਾਲੇ ਸਤਨਾਮ ਸਿੰਘ ਸੰਧੂ ਪੰਜਾਬੀਅਤ ਦਾ ਮਾਣ ਹੋਰ ਵਧਾਉਣਗੇ, ਰਾਜ ਸਭਾ ਦੇ ਵਿੱਚ ਜਾ ਕੇ ਬੈਠਣਗੇ। ਦੇਸ਼ ਦੇ ਰਾਸ਼ਟਰਪਤੀ ਵੱਲੋਂ ਨੋਮੀਨੇਟ ਕੀਤੇ ਗਏ ਨੇ ਪੂਰੇ ਦੇਸ਼ ਭਰ ਦੇ ਵਿੱਚੋਂ, ਮਹਿਜ਼ 12 ਉਹ ਲੋਕ ਹੁੰਦੇ ਨੇ ਜਿਨ੍ਹਾਂ ਦੀ ਸਮਾਜ ਦੇ ਪ੍ਰਤੀ ਕੋਈ ਵੱਡੀ ਦੇਣ ਹੋਵੇ, ਵੱਡੀ ਪ੍ਰਾਪਤੀ ਹੋਵੇ, ਚਾਹੇ ਉਹ ਸਿੱਖਿਆ, ਚਾਹੇ ਕਲਾ, ਸਾਇੰਸ ਹੈ ਜਾਂ ਫਿਰ ਸਮਾਜ ਸੇਵਾ। ਇਹਨਾਂ ਖੇਤਰਾਂ ਦੇ ਵਿੱਚ ਕੋਈ ਵੱਡੀ ਪ੍ਰਾਪਤੀ ਕਰਨ ਵਾਲੇ ਵਿਅਕਤੀਆਂ ਦੇ ਵਿੱਚੋਂ ਹੀ ਮਹਿਜ਼ ਦੇਸ਼ ਭਰ ਦੇ ਵਿੱਚੋਂ 12 ਲੋਕ ਚੁਣੇ ਜਾਂਦੇ ਨੇ ਰਾਜ ਸਭਾ ਦੇ ਵਿੱਚ ਬਿਠਾਉਣ ਦੇ ਲਈ ਰਾਸ਼ਟਰਪਤੀ ਦੇ ਵੱਲੋਂ, ਤਾਂ ਉਹਨਾਂ ਦੇ ਵਿੱਚੋਂ ਸਤਨਾਮ ਸਿੰਘ ਸੰਧੂ ਦਾ ਨਾਮ ਚੁਣਿਆ ਗਿਆ। ਸਿਰ 'ਤੇ ਦਸਤਾਰ ਸਜਾ ਕੇ ਸਤਨਾਮ ਸਿੰਘ ਸੰਧੂ ਹੁਣ ਰਾਜ ਸਭਾ ਦੇ ਮੈਂਬਰ ਵਜੋਂ ਸਹੁੰ ਚੁੱਕਣਗੇ, ਪੰਜਾਬ ਲਈ ਮਾਣ ਦੀ ਗੱਲ ਹੈ। ਪਰ ਆਸ ਕਰਦੇ ਹਾਂ ਕਿ ਹੁਣ ਗੱਲ ਪੰਜਾਬ ਦੀ ਹੋਰ ਵੀ ਠੋਕ ਵਜਾ ਕੇ ਹੋਵੇ, ਕਿਸਾਨ ਦੀ ਗੱਲ ਹੋਰ ਵੀ ਠੋਕ ਵਜਾ ਕੇ ਹੋਵੇ। ਕੈਮਰਾਮੈਨ ਸੰਦੀਪ ਦੇ ਨਾਲ ਨਪਿੰਦਰ ਸਿੰਘ ਬਰਾੜ, ਨਿਊਜ਼ 18 ਚੰਡੀਗੜ੍ਹ।